मोगा के कोटकपुरा रोड स्थित डेरा सच्चा सौदा के नाम चर्चा घर के पास एक लवारिस कैंटर मिलने से दहशत का माहौल बना। कैंटर के आगे वाले शीशे पर लिखा हुआ था संत जरनैल सिंह भिंडरा। मौके पर पहुंची पुलिस ने कैंटर को अपने कब्जे में ले लिया। आज डेरे में नाम चर्चा चल रही थी और जहां काफी रश। मौके पर नाम चर्चा के दौरान सिक्योरिटी पर तैनात पुलिस वालों का कहना है कि उन्होंने सोचा कि शायद ये कैंटर संगत में से किसी का होगा। फिलहाल पुलिस ने कैंटर को ट्रैक्टर की मदद से थाने में ले गए और इसको लेकर जांच जारी है। मोगा से पिट्टू पुरबा। मक्खन से मक्खन ਤੁਸੀਂ ਇਸ ਵਕਤ ਕਿੱਥੇ ਖੜੇ ਹੋ? ਮੈਂ ਡੇਰੇ ਦੇ ਮਗਰਲੇ ਪਾਸੇ ਖੜਾ। ਤੇ ਮੱਕੜ ਕੀ ਘਟਨਾ ਇੱਥੇ ਹੋਈ ਆ, ਤੁਸੀਂ ਕੀ ਦੇਖਿਆ? ਮੈਂ ਤਾਂ 5:30 ਆਇਆ, ਗੱਡੀ ਇੱਥੇ ਖੜੀ ਸੀ, ਉਹ ਲੈਣ ਨਹੀਂ ਆਇਆ, ਕੋਈ ਮਾਲਕ ਨਹੀਂ ਬਣਿਆ ਇਹਦਾ। ਇਸ ਵਕਤ ਗੱਡੀ ਕਿੱਥੇ ਆ? ਹਾਂਜੀ, ਇਸ ਵਕਤ ਗੱਡੀ ਕਿੱਥੇ ਆ? ਇਸ ਵਕਤ ਹੁਣ ਮੈਂ ਆਇਆ ਸੀ, ਗੱਡੀ ਥਾਣੇ ਵਾਲੇ ਲੈ ਗਏ। ਤੇ ਕੁਝ ਲਿਖਿਆ ਵੀ ਹੋਇਆ ਸੀ ਗੱਡੀ ਉੱਤੇ ਅੱਖਾਂ ਦੇ ਵਿੱਚ? ਪਤਾ ਕੁਝ ਲਿਖਿਆ ਲੁਕਿਆ ਨਹੀਂ, ਮੈਂ ਪੜਿਆ, ਮੈਂ ਝੂਠ ਬੋਲ। ਠੀਕ, ਮੇਰਾ ਕਾਂਸਟੇਬਲ ਗੁਰਮੇਲ ਸਿੰਘ। ਗੁਰਮੇਲ ਸਿੰਘ ਜੀ, ਆਪ ਯਹਾਂ ਪਰ ਪਹੁੰਚੇ ਹੋ, ਲਾਵਾਰਸ ਗਾੜੀ ਮਿਲੀ ਹੈ, ਕਿਆ ਲਿਖਿਆ ਹੋਰ ਕਹਾਂ ਪਰ ਖੜੀ ਸੀ ਗਾੜੀ? ਇਹ ਸਰ ਮੈਂ ਯਹਾਂ ਡੇਰੇ ਮੇਂ, ਅਸੀਂ ਡੇਰੇ ਦੇ ਵਿੱਚ ਇੱਥੇ ਡਿਊਟੀ ਕਰਦੇ ਹਾਂ ਸਿਕਿਉਰਿਟੀ। ਸੁਬਹਾ 6 to 7:30 ਤੱਕ ਨਾਮ ਚਰਚਾ ਹੁੰਦੀ ਹੈ ਮੰਗਲਵਾਰ ਨੂੰ, ਤਾਂ ਨਾਮ ਚਰਚਾ 7:30 ਸਮਾਪਤ ਹੋਈ ਤਾਂ ਅਸੀਂ ਚੱਕਰ ਮਾਰਿਆ, ਗੱਡੀ ਸਾਨੂੰ ਇੱਥੇ ਖੜੀ ਮਿਲੀ ਲਵਾਰਸ ਹਾਲਤ ਦੇ ਵਿੱਚ। ਅਤੇ ਅਸੀਂ ਪਹਿਲਾਂ ਸੋਚਿਆ ਵੀ ਸੰਗਤ ਆਈ, ਉਹ ਜੋ ਸਾਰੀ ਸੰਗਤ ਚਲੀ ਗਈ ਤਾਂ ਇਹਦਾ ਕੋਈ ਵਾਲੀਵਾਸ ਨਹੀਂ ਆਇਆ। ਫਿਰ ਮੈਂ ਜੋ ਜ਼ਿੰਮੇਵਾਰ ਲੜਕਾ ਵਿਕੀ ਕਪੂਰ ਆ, ਇਹਨੂੰ ਪੁੱਛਿਆ ਵੀ ਕਿਹਨੂੰ ਦੱਸ ਕੇ ਗਿਆ ਗੱਡੀ ਕੋਈ ਖੜਾ ਕੇ? ਉਹ ਕਹਿੰਦਾ ਕੋਈ ਨਹੀਂ। ਫਿਰ ਅਸੀਂ ਮੈਂ ਅਤੇ ਵਿਕੀ ਕਪੂਰ ਨੇ ਇਹਨੂੰ ਦੇਖਿਆ ਮੋਟੇ ਤੌਰ 'ਤੇ ਵੀ ਕੋਈ ਛੱਕੀ ਚੀਜ਼ ਇਹਦੇ ਵਿੱਚ ਜਾਂ ਕੋਈ ਹੋਰ ਚੀਜ਼ ਇਤਰਾਜ਼ਯੋਗ ਚੀਜ਼ ਤਾਂ ਨਹੀਂ। ਅਸੀਂ ਦੇਖਿਆ, ਸਾਨੂੰ ਯਕੀਨ ਹੋਇਆ ਗੱਡੀ ਕੁਆੜਦੀ ਆ, ਸਰਸਵੇਲ ਕੰਡੀਸ਼ਨ ਦੇ ਵਿੱਚ ਨਹੀਂ ਹੈ। ਫਿਰ ਅਸੀਂ ਫੋਕਲ ਪੁਆਇੰਟ ਚੌਂਕੀ ਦਾ ਏਰੀਆ ਪੈਂਦਾ, ਅਤੇ ਫੋਕਲ ਪੁਆਇੰਟ ਚੌਂਕੀ ਦੇ ਮੁਨਸ਼ੀ ਜੀ ਨੂੰ ਆਪਾਂ ਕਨਫਰਮ ਕੀਤਾ। ਫਿਰ ਉਹ ਆਏ ਅਤੇ ਉਹਨਾਂ ਨੇ ਕਾਰਵਾਈ ਕੀਤੀ, ਸਾਰੀ ਗੱਡੀ ਆਪਣਾ ਲੈ ਕੇ ਚਲੇ ਚੌਂਕੀ। ਕਦੋਂ ਦੀ ਗੱਡੀ ਖੜੀ ਹੈ ਜੀ, ਕੋਈ ਪਤਾ ਲੱਗਿਆ ਕਦੋਂ ਦੀ ਗੱਡੀ? ਇਸ ਵਾਰ ਸਰ 6:30 to 7 ਦੇ ਵਿੱਚ ਖੜੀ ਹੈ। ਕਿਤੇ ਕੁਛ ਅੱਖਰਾਂ 'ਤੇ ਲਿਖਿਆ ਵੀ ਹੋਇਆ ਭਿੰਡਰਾਂ ਵਾਲਾ ਜਿੰਦਾਬਾਦ ਕੁਛ ਲਿਖਿਆ ਗੱਡੀ ਉੱਤੇ? ਹਾਂ, ਸਾਹਮਣੇ ਲਿਖਿਆ ਜੀ ਸੰਤ ਗਿਆਨੀ ਜੈਲ ਸਿੰਘ ਜੀ ਭਿੰਡਰਾਂ ਵਾਲੇ।